ਖੇਮਕਰਨ ਦੇ ਪਿੰਡ ਕਰਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਰਾਸ਼ਨ ਵੰਡਣ ਨੂੰ ਲੈ ਕੇ ਇੱਕ ਗਰੀਬ ਪਰਿਵਾਰ ਅਤੇ ਜੱਟਾਂ ਦੇ ਮੁੰਡਿਆਂ ਵਿਚਕਾਰ ਝਗੜਾ ਹੋ ਗਿਆ ਅਤੇ ਗਰੀਬ ਪਰਿਵਾਰ ਦੇ ਲੋਕ ਇਸ ਵਿੱਚ ਜ਼ਖਮੀ ਹੋ ਗਏ ਜੋ ਕਿ ਹੁਣ ਹਸਪਤਾਲ ਵਿੱਚ ਜੇਰੇ ਇਲਾਜ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਪਿੰਡ ਦੇ ਸਰਪੰਚ ਅਤੇ ਹੋਰ ਪੰਚਾਇਤੀ ਮੈਂਬਰ ਗਰੀਬਾਂ ਨੂੰ ਰਾਸ਼ਨ ਵੰਡ ਰਹੇ ਸਨ। ਇੰਨੇ ਵਿੱਚ ਹੀ ਜ਼ਖਮੀ ਹੋਏ ਪਰਿਵਾਰ ਦੇ ਲੋਕਾਂ ਨੇ ਇਹ ਗੱਲ ਆਖਣੀ ਸ਼ੁਰੂ ਕਰ ਦਿੱਤੀ ਕਿ ਇਹਨਾਂ ਨੇ ਸਾਨੂੰ ਜਾਣ ਬੁੱਝ ਕੇ ਰਾਸ਼ਨ ਨਹੀਂ ਦਿੱਤਾ। ਉਸ ਤੋਂ ਬਾਅਦ ਉਹਨਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ ਅਤੇ ਪਿੰਡ ਦੇ ਕੁਝ ਲੋਕਾਂ ਨੇ ਉਹਨਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ। ਜ਼ਖਮੀ ਹਾਲਤ ਵਿੱਚ ਜੇਰੇ ਇਲਾਜ ਪੀੜਤ ਔਰਤ ਨੇ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨ ਰਾਤ ਦੇ ਸਮੇਂ ਸ਼ਰਾਬ ਦੀ ਹਾਲਤ ਵਿੱਚ ਉਹਨਾਂ ਦੇ ਘਰ ਆਏ ਅਤੇ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ। ਸਾਡੇ ਪਰਿਵਾਰ ਦੀਆਂ ਔਰਤਾਂ ਤੇ ਸਾਡੇ ਨਾਲ ਭਾਰੀ ਕੁੱਟਮਾਰ ਕੀਤੀ ਜਿਸ ਕਾਰਨ ਅਸੀਂ ਦੋਵੇਂ ਮਾਂ ਪੁੱਤ ਜ਼ਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਕੋਲ ਹਾਲੇ ਤੱਕ ਡਾਕਟਰੀ ਰਿਪੋਰਟ ਨਹੀਂ ਆਈ। ਜਿਵੇਂ ਹੀ ਰਿਪੋਰਟ ਆਉਂਦੀ ਹੈ ਬਣਦੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ। ਉਧਰ ਹੀ ਦੂਜੇ ਪਾਸੇ ਦੂਜੀ ਧਿਰ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਦੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਣ ਲਈ 250 ਕਿੱਟਾਂ ਚਾਹੀਦੀਆਂ ਸਨ ਪਰ ਉਹਨਾਂ ਦੇ ਕੋਲ ਸਿਰਫ 100 ਕਿੱਟਾਂ ਪਹੁੰਚੀਆਂ ਜਿਸ ਕਰਕੇ ਪਿੰਡ ਦੇ ਕੁਝ ਲੋਕ ਰਾਸ਼ਨ ਮਿਲਣ ਤੋਂ ਰਹਿ ਗਏ। ਪਰ ਇਹ ਲੋਕ ਸਾਨੂੰ ਮੰਦਾ ਬੋਲ ਰਹੇ ਸਨ ਅਤੇ ਸਾਡੇ ਮੁੰਡਿਆਂ ਤੋਂ ਇਹ ਗੱਲ ਜਰੀ ਨਹੀਂ ਗਈ ਅਤੇ ਉਹ ਇਹਨਾਂ ਦੇ ਘਰ ਚਲੇ ਗਏ ਜਿਸ ਤੋਂ ਬਾਅਦ ਇੱਕ ਦੂਜੇ ਦੀ ਧੂਹ ਖਿੱਚ ਕਰਦੇ ਹੋਏ ਇਹ ਲੋਕ ਜ਼ਖਮੀ ਹੋ ਗਏ ਤੇ ਸਾਡੇ ਵੀ ਮੁੰਡਿਆਂ ਨੂੰ ਸੱਟਾਂ ਲੱਗੀਆਂ। ਬਰਨਾਲੇ ਦੇ ਪਿੰਡ 'ਚ ਸਾਂਝੀ ਬਰਾਦਰੀ ਦੇ ਲੋਕਾਂ ਨਾਲ ਕੁਝ ਕੁੱਟਮਾਰ ਹੋਈ ਹੈ ਅਤੇ ਆਪਣੇ ਚੌਂਕੀ ਦੇ ਵਿੱਚ ਦਰਖਾਸਤ ਆਈ ਹੈ, ਉਹ 'ਤੇ ਕੀ ਕਾਰਵਾਈ ਹੋਈ ਹੁਣ ਤੱਕ? ਸਰਪੰਚ ਦੋ ਮੈਂਬਰ ਆ ਸਰਪੰਚ। ਕੀ ਨਾਮ ਉਹਨਾਂ ਦੇ? ਇੱਕ ਨਾਮ ਬਿੰਦੂ ਆ, ਇੱਕ ਪਾਬਾ ਹੈ, ਇੱਕ ਰਜੀਤ ਆ ਅਤੇ ਉਹਦਾ ਘੋੜੀਆ ਦਾ ਨਾਂ ਕੀ ਆ, ਉਹ ਵੀ ਵਿੱਚ ਆ। ਅੱਛਾ, ਅਤੇ ਕੀ ਹਥਿਆਰ ਸੀ ਇਹਨਾਂ ਦੇ ਕੋਲ? ਉਹਨਾਂ ਦੇ ਕੋਲ ਜਦੋਂ ਦੁਪਹਿਰੇ ਲੜਿਆ ਉਦੋਂ ਤਾਂ ਛਿੱਤਰ ਪੌੜਾ ਹੀ ਚੱਲਿਆ। ਅੱਛਾ, ਅਤੇ ਜਦੋਂ ਰਾਤੀ ਆਏ ਆ ਰਾਤੀ ਉਦੋਂ ਸਾਨੂੰ ਨਹੀਂ ਪਤਾ ਲੱਗਾ, ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਸਾਨੂੰ ਢਾਹ ਹੀ ਲਿਆ। ਮੇਰੇ ਪੁੱਤ ਨੂੰ ਖਿੱਚ ਖਿੱਚ ਕੇ ਲਿਜਾਂਦੇ ਸੀ, ਇਹਨੂੰ ਤਾਂ ਬਾਹਰ ਲਿਜਾ ਕੇ ਵੱਢਣਾ, ਇਹਨੂੰ ਲਿਜਾਣਾ, ਪੁੱਤ ਦੇ ਉੱਤੇ ਮੈਂ ਲੰਮੀ ਪੈ ਗਈ ਆ, ਪੁੱਤ ਦੀਆਂ ਸੱਟਾਂ ਮੈਂ ਜਰ ਲਈਆਂ, ਪੁੱਤ ਨੂੰ ਨਹੀਂ ਜਾਣ ਦਿੱਤਾ। ਮਤਲਬ ਜੀ ਇਹ ਕੱਲ੍ਹ ਦਾ ਵਾ? ਅੱਛਾ ਜੀ। ਅਤੇ ਸਾਨੂੰ 250 ਕਿੱਟ ਮਿਲੀ, ਮਤਲਬ 250 ਕਿੱਟ ਦੀ ਲੋੜ ਆ। ਅੱਛਾ ਜੀ। ਬਰਨਾਲੇ ਕਲਾਂ 'ਚ? ਹਾਂਜੀ। ਸਾਨੂੰ ਸਿਰਫ ਮਿਲੀ 100 ਕਿੱਟ, ਅਸੀਂ ਉਹ ਟਰਾਲੀ 'ਚ ਰੱਖ ਕੇ ਲਿਫਾਫੇ ਬਣਾ ਕੇ ਅਤੇ ਵੰਡ ਰਹੇ ਹਾਂ ਅਤੇ ਅਸੀਂ ਜਦੋਂ ਘੁੰਮ ਕੇ ਆਏ ਹਾਂ ਅਤੇ ਆਉਂਦਿਆਂ ਨੂੰ ਸਾਰੇ ਇਕੱਠੇ ਹੋਏ ਸੀ। ਅੱਛਾ ਜੀ। ਉੱਥੇ ਅਤੇ ਜਦੋਂ ਇਹਨਾਂ ਕਿਹਾ ਸਾਨੂੰ ਚਾਹੀਦੀ ਹੈ, ਸਾਨੂੰ ਚਾਹੀਦੀ ਹੈ, ਇਹਨਾਂ ਬੜੀਆਂ ਸਾਨੂੰ ਜਨਾਨੀਆਂ ਨੇ ਗਾਲਾਂ ਕੱਢੀਆਂ ਕਿ ਤੁਹਾਨੂੰ ਰੱਬ ਚੁੱਕ ਲਏ, ਤੁਹਾਨੂੰ ਕੀੜੇ ਪੈ ਜਾਣ। ਨਹੀਂ ਜੀ, ਜਦੋਂ ਮੰਨ ਲਓ ਇਹ ਗਾਲਾਂ ਕੱਢਦੇ ਸੀ ਕੋਈ, ਤੁਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਨਹੀਂ ਲਿਆ? ਪੁਲਿਸ ਆਈ ਹੈ ਜੀ, ਉਹ ਬਾਅਦ 'ਚ ਆਈ। ਅੱਛਾ, ਨਹੀਂ ਉਦੋਂ ਜਦੋਂ ਜਨਾਨੀਆਂ ਨੂੰ ਗਾਲਾਂ ਕੱਢ ਰਹੀਆਂ ਸੀ ਤੁਹਾਨੂੰ, ਉਦੋਂ ਤੁਹਾਡਾ ਫਰਜ਼ ਬਣਦਾ ਸੀ ਪੁਲਿਸ ਨੂੰ ਕਹਿਣਾ, ਬੁਲਾਉਣਾ? ਪੁਲਿਸ ਨੂੰ ਸੱਦਿਆ ਜੀ, ਪੁਲਿਸ ਨੇ ਆਖਿਆ ਵੀ ਕ੍ਰੈਫਿਓ ਬਹੁਤ ਲੱਗਾ, ਉਹ ਅੱਧਾ ਘੰਟਾ ਲੈ। ਅੱਛਾ, ਕੀ ਘਟਨਾ ਵਾਪਰੀ ਤੁਹਾਡਾ? ਭਾਜੀ ਸੌਦਾ ਲੈਂਦੇ, ਸੌਦਾ ਨਹੀਂ ਸਾਨੂੰ ਦਿੱਤਾ। ਅੱਛਾ, ਅਤੇ ਅੱਗੋਂ ਬੰਦਿਆਂ ਨੂੰ ਆਉਂਦੇ ਵੀ ਨਹੀਂ ਸੌਦਾ ਤੁਹਾਨੂੰ ਨਹੀਂ ਦੇਣਾ। ਕੌਣ ਸੀ ਜੀ, ਕਿਹੜੇ ਪਿੰਡ ਤੋਂ ਜੀ? ਬਰਨਾਲੇ ਤੋਂ ਭਾਜੀ। ਅੱਛਾ। ਹਾਂਜੀ, ਮੈਂਬਰ ਸਰਪੰਚ ਭਾਜੀ ਸਾਹਿਬ ਰਲੇ ਜੀ। ਅੱਛਾ। ਹਾਂਜੀ, ਅਤੇ ਚਲੋ ਉਦੋਂ ਉੱਥੇ ਭਾਈ ਹੋਏ ਆ, ਮੁੜ ਕੇ ਉਹ ਚਲੋ ਬਾਜ ਬਚਾ ਕੇ ਲੱਭਣੇ ਵਾਲੇ ਦਾ ਟਾਈਮ ਆ, ਉਦੋਂ ਚਲੋ ਬਾਜ ਬਚਾ ਕੇ ਸੱਟੋਂ ਬਾਜ ਪੁੱਜ ਗਏ ਅਤੇ ਮੁੜ ਕੇ ਫਿਰ ਰਾਤ ਦੇ ਦੂਸਰੇ 10 ਵਜੇ ਆਣ ਕੇ ਘਰ ਗਲ ਪੈ ਗਏ ਆ ਜੀ, ਅਸੀਂ ਰੋਟੀਆਂ ਖਾਂਦੇ ਹਾਂ। ਕੀ ਹਥਿਆਰ ਸੀ ਇਹਨਾਂ ਦੇ? ਹਾਂਜੀ, ਡਾਂਗਾ ਭਾਜੀ ਇਹਨਾਂ ਕੋਲ ਅਤੇ ਕਾਪੇ ਕੂਪੇ ਕੱਲਾ ਟੱਪ ਕੇ ਆ ਕੇ ਬੂਹੇ ਤੋੜ ਕੇ। ਕਿਹਨੂੰ ਕਿਹਨੂੰ ਸੱਟਾਂ ਲੱਗੀਆਂ ਜੀ? ਹਾਂਜੀ, ਮੇਰੀ ਮਾਤਾ ਉਹਨਾਂ ਨੇ ਮੈਨੂੰ ਹੈ। ਅੱਛਾ। ਕੀ ਸੱਟ ਵੱਜੀ? ਹਾਂਜੀ, ਇੱਕ ਤਾਂ ਆਹ ਵਾ,
ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-5 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।